ਆਕਲੈਂਡ 'ਚ ਅੱਜ ਸ਼ੱਕੀ ਡੈਲਟਾ ਵੇਰੀਐਂਟ ਕੋਰੋਨਾ ਦਾ ਕਮਿਊਨਿਟੀ ਵਿੱਚ ਕੇਸ ਪਾਏ ਜਾਣ ਦੀ ਪੁਸ਼ਟੀ ਕੀਤੀ ਗਈ ਹੈ ਤੇ ਸਿਹਤ ਮਹਿਕਮੇ ਵੱਲੋਂ ਇਸ ਦੇ ਸਰੋਤ ਦੀ ਛਾਣਬੀਨ ਕੀਤੀ ਜਾ ਰਹੀ ਹੈ। ਇਸ ਕੇਸ ਦਾ ਸਬੰਧ ਕਿਸੇ ਵੀ ਬਾਰਡਰ ਜਾਂ ਫਿਰ ਕੁਆਰੰਟਾਈਨ ਸੁਵਿਧਾ ਨਾਲ ਹੈ, ਇਸ ਬਾਰੇ ਅਜੇ ਦੱਸਿਆ ਨਹੀਂ ਗਿਆ। ਸਿਹਤ ਮਹਿਕਮੇ ਦੇ ਅਧਿਕਾਰੀ ਕੰਟੈਕਟ ਟ੍ਰੇਸਿੰਗ ਨਾਲ ਬਿਮਾਰ ਵਿਅਕਤੀਆਂ ਨਾਲ ਗੱਲਬਾਤ ਕਰ ਰਹੇ ਨੇ ਤਾਂ ਜੋ ਪਤਾ ਲੱਗ ਸਕੇ ਕਿ ਉਹ ਪਿਛਲੇ ਸਮੇਂ ਵਿੱਚ ਕਿਹੜੇ ਲੋਕਾਂ ਦੇ ਸੰਪਰਕ ਵਿੱਚ ਆਏ ਨੇ। ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵੱਲੋਂ ਕੈਬਨਿਟ ਨਾਲ ਮੀਟਿੰਗ ਤੋਂ ਬਾਅਦ ਮੀਡੀਆ ਕਾਨਫਰੰਸ ਕਰਕੇ ਇਹ ਐਲਾਨ ਕੀਤਾ ਗਿਆ ਕਿ ਆਕਲੈਂਡ ਤੇ ਕੋਰੋਮੰਡਲ ਸ਼ਹਿਰ ਇੱਕ ਹਫ਼ਤੇ ਲਈ ਤੇ ਬਾਕੀ ਦੇਸ਼ 3 ਦਿਨ ਦੇ ਲੈਵਲ 4 ਮੁਕੰਮਲ ਤਾਲਾਬੰਦੀ 'ਚ ਰਹਿਣਗੇ।